ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਹੁੰਚੇ ਹਾਂ ਜੀ ਪਿੰਡ ਸਹੇੜੀ ਜਿਹੜਾ ਕਿ ਗੰਗੂ ਦਾ ਪਿੰਡ ਸੀ ਜਿਸ ਨੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਇਸ ਜਗ੍ਹਾ ਉੱਪਰ ਇੱਕ ਰਾਤ ਲਈ ਠਹਿਰਾਇਆ ਸੀ ਬਾਅਦ ਵਿੱਚ ਜੋ ਇਤਿਹਾਸ ਹੈ ਉਹ ਆਪ ਸਾਰੀ ਸੰਗਤ ਨੂੰ ਪਤਾ ਹੈ ਜੀ ਆਪ ਜੀ ਨੂੰ ਉਸ ਕਮਰੇ ਦੇ ਦਰਸ਼ਨ ਕਰਵਾਉਂਦੇ ਹਾਂ ਜੀ ਨਾਲੇ ਇਸ ਜਿਹੜਾ ਇਸ ਸਥਾਨ ਦਾ ਇਤਿਹਾਸ ਹੈ ਉਹ ਅਸੀਂ ਇੱਥੋਂ ਦੇ ਗ੍ਰੰਥੀ ਸਿੰਘ ਸਾਹਿਬਾਨ ਜੀ ਕੋ ਸੰਗਤ ਨੂੰ ਸਰਵਣ ਕਰਵਾਵਾਂਗੇ ਜੀ ਅਤੇ ਇਸ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਜੋ ਹੈ ਉਹ ਬਣ ਰਹੀ ਹੈ ਜੀ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈ ਜੀ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਆਪ ਜੀ ਮੇਰੇ ਪਿਛਲੇ ਸੀਨ ਦੇ ਰਾਹੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ ਉਹ ਸਾਰੀ ਦੀਨ ਆ ਅਤੇ ਜਿਹੜਾ ਇੱਕ ਪੁਰਾਣਾ ਕਮਰਾ ਸੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਉਸ ਸਮੇਂ ਇੱਕ ਰਾਤ ਲਈ ਇੱਥੇ ਰੁਕੇ ਸਨ ਅਤੇ ਉਹ ਸਾਰਾ ਇਤਿਹਾਸ ਉਹ ਸਾਰਾ ਵਾਕਿਆ ਆਪਾਂ ਗ੍ਰੰਥੀ ਸਿੰਘ ਸਾਹਿਬਾਨ ਜੀ ਕੋ ਆਪਾਂ ਜ਼ਰੂਰ ਸਰਵਣ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀਓ ਸਰਬੱਤ ਸੰਗਤਾਂ ਨੂੰ ਮੇਰੀ ਬੇਨਤੀ ਹੈ ਸੰਖੇਪ 'ਚ ਆਪ ਜੀ ਨੂੰ ਇਤਿਹਾਸ ਸਰਵਣ ਕਰਾਉਣ ਦੀ ਕੋਸ਼ਿਸ਼ ਕਰਦਾ ਜਦੋਂ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਸਤਿਗੁਰਾਂ ਤੋਂ ਅਨੰਦਪੁਰ ਸਾਹਿਬ ਤੋਂ ਸਰਸੇ ਨਦੀ 'ਤੇ ਵਿਛੋੜਾ ਪਿਆ ਉਸ ਵਕਤ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਕੰਮੋ ਵਾਸ਼ੀ ਦੀ ਚੁੰਗੀ ਦੇ ਵਿੱਚ ਰਾਤ ਰਹੇ ਉੱਥੇ ਇਸ ਨਗਰ ਦਾ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਨਾਲ ਇਸ ਪਿੰਡ ਸਿਹੜ 'ਚ ਲੈ ਕੇ ਆ ਗਿਆ ਉਸ ਸਥਾਨ ਦੇ ਸਾਨੂੰ ਦਰਸ਼ਨ ਕਰਵਾਉਂਦੇ ਹਨ ਪਾਤਸ਼ਾਹ ਸਾਹਿਬ ਚੈਨਲ ਵਾਲੇ ਅਤੇ ਇਸ ਸਥਾਨ 'ਤੇ ਇੱਕ ਰਾਤ ਰਹੇ ਮਾਤਾ ਗੁਜਰ ਕੌਰ ਜੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਜਦੋਂ ਕੰਮੋ ਵਾਸ਼ਕੀ ਤੋਂ ਇਸ ਪਿੰਡ 'ਚ ਗੰਗੂ ਆਪਣੇ ਘਰ ਲੈ ਆਇਆ ਅਤੇ ਰਾਤ ਨੂੰ ਜਦੋਂ ਮਾਤਾ ਜੀ ਕੋਲ ਖੁਰਜੀ ਮੋਹਰਾਂ ਦੀ ਸੀ ਜੋ ਸੋਨੇ ਦੀਆਂ ਮੋਹਰਾਂ ਸੀ ਉਹਨਾਂ ਨੂੰ ਦੇਖ ਕੇ ਗੰਗੂ ਬੇਮਾਨ ਹੋ ਗਿਆ ਉਸਨੇ ਉਹ ਖੁਰਜੀ ਚੋਰੀ ਕਰਕੇ ਕਿਤੇ ਦੱਬਤੀ ਲੁਕੋਤੀ ਅਤੇ ਰੌਲਾ ਪਾ ਦਿੱਤਾ ਵੀ ਮਾਤਾ ਜੀ ਨੇ ਕਿਹਾ ਭਾਈ ਖੁਰਜੀ ਸਾਂਭ ਲਈ ਉਸਨੇ ਉਹਨੇ ਗੰਗੂ ਨੇ ਕਿਹਾ ਤੁਸੀਂ ਮੈਨੂੰ ਚੋਰ ਕਹਿੰਦੇ ਹੋ ਉਹਨੇ ਗੁੱਸੇ 'ਚ ਆ ਕੇ ਮਰਿੰਡੇ ਜਾਨੀ ਖਾਂ ਮਾਨੀ ਖਾਂ ਪੁਲਿਸ ਨੂੰ ਜਾ ਕੇ ਨਾਲ ਲੈ ਕੇ ਉਹਨਾਂ ਨੂੰ ਗ੍ਰਿਫਤਾਰ ਕਰਾ ਦਿੱਤਾ ਅਤੇ ਇੱਥੇ ਰਾਤ ਤੋਂ ਬਾਅਦ ਉਹ ਫਿਰ ਮਰਿੰਡੇ ਕੋਤਵਾਲੀ ਸਾਹਿਬ ਇੱਕ ਰਾਤ ਰਹੇ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਫਿਰ ਲੈ ਕੇ ਪੁਲਿਸ ਉਹਨਾਂ ਨੂੰ ਉੱਥੇ ਸੂਬੇ ਦੇ ਪੇਸ਼ ਕਰਾ ਦਿੱਤਾ ਇਸ ਇਹ ਚੈਨਲ ਰਾਜ ਕਰੇਗਾ ਖਾਲਸਾ ਵੱਲੋਂ ਉਪਰਾਲਾ ਕੀਤਾ ਗਿਆ ਆਪ ਜੀ ਨੂੰ ਰਾਜ ਕਰੇਗਾ ਖਾਲਸਾ ਦੇ ਜੋ ਚੈਨਲ ਦੇ ਵੀਰ ਹਨ ਉਹ ਜਿੱਥੇ ਰਾਤ ਰਹੇ ਸੀ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਉਸ ਸਥਾਨ ਦੀ ਤੁਹਾਨੂੰ ਦਰਸ਼ਨ ਕਰਾਉਣਗੇ ਇਸ ਤੋਂ ਉਪਰੰਤ ਇੱਕ ਬੇਨਤੀ ਹੋਰ ਹੈ ਜਦੋਂ ਇਹ ਪਿੰਡ ਜਦੋਂ ਪਤਾ ਲੱਗਿਆ ਬੰਦੇ ਬਹਾਦਰ ਦੇ ਟਾਈਮ ਜਦੋਂ ਸਰਹੰਦ ਉਜਾੜੀ ਉਸ ਦੇ ਨਾਲ ਹੀ ਇਹ ਬੰਦੇ ਬਹਾਦਰ ਨੇ ਇਸ ਸਥਾਨ ਇਹ ਪਿੰਡ ਢਾਈ ਢੇਰੀ ਕਰਤਾ ਕੋਈ ਇਸ 'ਤੇ ਜਿਉਂਦਾ ਨਹੀਂ ਛੱਡਿਆ ਸਭ ਮਾਰ ਮੁਕਾ ਦਿੱਤੇ ਉਸ ਤੋਂ ਬਾਅਦ ਇਹ ਪਿੰਡ ਤਪੇ ਤੋਂ ਆ ਕੇ ਵਸਿਆ ਬਾਕੀ ਸਾਰੀ ਸੰਗਤ ਜਿੰਨੇ ਵੀ ਪਿੰਡ ਰਹਿੰਦੇ ਹਨ ਬਾਹਰੋਂ ਆ ਕੇ ਵਸੇ ਇਸੇ ਦਾ ਵਸਿੰਦਾ ਕੋਈ ਨਹੀਂ ਹੈ ਉਸ ਤੋਂ ਉਪਰੰਤ ਮਰਿੰਡੇ ਕੋਤਵਾਲੀ ਸਾਹਿਬ ਜੋ ਕਿ ਇੱਥੋਂ 2 ਕਿਲੋਮੀਟਰ 'ਤੇ ਹੈ ਉੱਥੇ ਥਾਣੇ ਜਾਨੀ ਖਾਂ ਮਾਨੀ ਖਾਂ ਥਾਣੇਦਾਰ ਨੂੰ ਲੈ ਕੇ ਨਾਲ ਕੋਤਵਾਲੀ ਸਾਹਿਬ ਉਹਨਾਂ ਨੂੰ ਅਰੈਸਟ ਕਰਾ ਦਿੱਤਾ ਸੋ ਹੁਣ ਇਸ ਸਥਾਨ ਦੀ ਸੇਵਾ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਹੋ ਰਹੀ ਹੈ ਮੇਰੀ ਸੰਗਤਾਂ ਨੂੰ ਬੇਨਤੀ ਦੇਸ਼ ਵਿਦੇਸ਼ ਰਹਿੰਦੀਆਂ ਸੰਗਤਾਂ ਨੂੰ ਮੇਰੀ ਅਪੀਲ ਹੈ ਬੇਨਤੀ ਹੈ ਕਿ ਇਸ ਸਥਾਨ ਦੀ ਸੇਵਾ ਅਜੇ ਅਧੂਰੀ ਪਈ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਭਾਈ ਜੋ ਨਾਨਕ ਲੇਵਾ ਸੰਗਤਾਂ ਹੈ ਉਹਨਾਂ ਨੂੰ ਮੇਰੀ ਬੇਨਤੀ ਹੈ ਦੇਸ਼ ਵਿਦੇਸ਼ ਰਹਿੰਦੇ ਸੰਗਤਾਂ ਨੂੰ ਕਿ ਇਸ ਸਥਾਨ ਦੀ ਸੇਵਾ 'ਚ ਹਿੱਸਾ ਪਾਓ ਆਪਣਾ ਦਸਵੰਧ ਕੱਟ ਕੇ ਜਨਮ ਸਫਲ ਕਰੋ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਆਪ ਜੀ ਨੇ ਦਰਸ਼ਨ ਕੀਤੇ ਸਨ ਜਿਹੜੀ ਇਮਾਰਤ ਬਣ ਰਹੀ ਹੈ ਹੁਣ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਸ ਅਸਥਾਨ 'ਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਇੱਕ ਰਾਤ ਕੱਟੀ ਸੀ ਗੰਗੂ ਬ੍ਰਾਹਮਣ ਦੇ ਘਰ ਦੇ ਵਿੱਚ ਉਹ ਕਮਰਾ ਅੱਜ ਵੀ ਉਸੇ ਤਰ੍ਹਾਂ ਹੀ ਉਸ ਮੌਜੂਦ ਹੈ ਜੀ ਉਸ ਅਸਥਾਨ ਦੇ ਹੁਣ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਉਸ ਜਗ੍ਹਾ ਉੱਪਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜੀ
जी वाहिगुरू जी, ये आप जी दर्शन कर रहे हो, ये उस समय का पुरातन जो कमरा अज भी उस तरह ही मौजूद है। थोड़ी बहुत इसकी सेवा की गई है। मैं थोड़ी जी आवाज़ घट करके इस करके बोल रहा, गुरु ग्रंथ साहब महाराज जी का प्रकाश है जी। तो ये उस समय दिया पुरातन इट्टां जिहड़ियां बखूबी आपां देख सकते हैं, जिथे एक रात माता गुजर कौर जी ते छोटे साहबजादे साडे बड़े ही सत्कारयोग इतिहास है जी, बड़ा माण मत्ता इतिहास है साडा। तो ये उस कमरे दिया जो कंधा हैं जो आप जी दर्शन कर रहे हो, जिस जगह पर छोटे साहबजादे एक रात रहे सन जी, आप जी उस समय का जो उस समय में एक बार अपनी अखा अगे रिपीट करके देख सकते हो कि वह किहो जिहा समा होगा जिस समय छोटे साहबजादे ते माता गुजर कौर जी इस स्थान पर मौजूद होणगे। तां एक रात उन्होंने पूरी इस जगह उपर गुजारी। ये जो आप जी ने मंजे दे दर्शन कर रहे हो जी, ये उस समय का पुरातन ही जो लगा होया इस स्थान पर मंजा है, सानू प्रबंधकों वालों दसा गया है जी। ये उस पुरातन समय का ही मंजा है जी, जो प्रबंधकों वालों सानू दसा गया है जी, इतिहासिक मंजा है जी। ये दर्शन कर सकते हो जी, ये नानक शाही इट की सारी जी इमारत है वह सारी गई है, ये उस समय दी ही इमारत है जी, जिस समय माता गुजर कौर जी तो छोटे साहबजादे इस स्थान पर आए सन। कुछ हिस्सा इसका जो नवा पासा बनाया गया है जी, वो सिंह साहब जी वालों तुहानू दस्या गया है कि जदों बाबा बंदा सिंह बहादुर जी ने इस जगह उपर आ के जदों जंग हुंदा है तो ये पिंड सारा जो ढा दिता जाता है, तो जिहड़ी संगत है इत्थे जिहड़ी पिंड वासी हैं वह दस्या जाता कि बाहरों आ के जो बाद विच वसे हैं, जो इतिहास सानू प्रबंधकों वालों दस्या गया है जी, ये वो पुरातन कमरा है जी जो आप जी ने दर्शन किए हैं जी।